ਪੰਜਾਬ 'ਚ 2020 ਰੈਫਰੈਂਡਮ ਦਾ ਪ੍ਰਚਾਰ ਕਰਨ ਵਾਲੇ ਨੌਜਵਾਨਾਂ ਅਤੇ ਪੁਲਿਸ ਵੱਲੋਂ ਤਸ਼ੱਦਦ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ, ਜਿਸ ਨੂੰ ਲੈ ਕੇ ਸਿੱਖ ਫਾਰ ਜਸਟਿਸ ਵੱਲੋਂ ਪੰਜਾਬ ਪੁਲਿਸ ਨੂੰ ਚੇਤਾਵਨੀ ਦਿੱਤੀ ਗਈ ਹੈ। ਗੁਰਪਤਵੰਤ ਪੰਨੂ ਨੇ ਕਿਹਾ ਕਿ 2020 ਦੀ ਮੁਹਿੰਮ ਲਈ ਕੰਮ ਕਰ ਰਹੇ ਮੁੰਡਿਆਂ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਤੰਗ ਪਰੇਸ਼ਾਨ ਕੀਤਾ ਤਾਂ ਵਿਦੇਸ਼ਾਂ 'ਚ ਬੈਠੇ ਤੁਹਾਡੇ ਪਰਿਵਾਰਾਂ 'ਤੇ ਅਸੀਂ ਵੀ ਕਾਨੂੰਨੀ ਤੌਰ 'ਤੇ ਕੇਸ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਸ ਮੈਸੇਜ ਇਜ਼ ਫਾਰ ਦੀ ਪੰਜਾਬ ਗਵਰਨਮੈਂਟ, ਦਿਸ ਮੈਸੇਜ ਇਜ਼ ਫਾਰ ਦੀ ਇੰਡੀਅਨ ਗਵਰਨਮੈਂਟ, ਸਪੈਸ਼ਲੀ ਦੀ ਇੰਡੀਅਨ ਪੁਲਿਸ ਆਫਿਸਰਸ, ਡੀ ਜੀ ਪੀ ਦਿਨਕਰ ਗੁਪਤਾ, ਐਸ ਪੀ ਰਜਿੰਦਰ ਸਹੋਲ, ਪਰਮਰਾਜ ਉਮਰਾ ਨੰਗਲ, ਸਮੇਤ ਸੈਣੀ ਐਂਡ ਆਲ ਦੋਜ਼ ਪੁਲਿਸ ਆਫਿਸਰਸ ਹੂ ਵਰ ਰਿਸਪੋਂਸੀਬਲ ਫਾਰ ਐਕਸਟਰਾ ਜੁਡੀਸ਼ਲ ਕਿਲਿੰਗ ਆਫ ਦਾ ਸਿੱਖ ਯੂਥ। ਇਹ ਤੁਹਾਡੇ ਲਈ ਮੈਸੇਜ ਹੈ, ਮੈਂ ਪਹਿਲਾਂ ਵੀ ਭੇਜਿਆ ਸੀ ਕਾਨੂੰਨੀ ਤੌਰ 'ਤੇ ਕਿ ਸਾਡੇ ਮੁੰਡੇ ਪੰਜਾਬ ਦੇ ਵਿੱਚ ਰੈਫਰੈਂਡਮ 2020 ਦੀ ਮੁਹਿੰਮ ਕਰਦੇ ਪਏ ਆ ਕਾਨੂੰਨੀ ਤੌਰ 'ਤੇ। ਔਰ ਮੈਂ ਪਿਛਲੇ ਸਾਲ ਵੀ ਇਹ ਗੱਲ ਕਹੀ ਸੀ ਕਿ ਜੇ ਤੁਸੀਂ ਪੰਜਾਬ ਦੇ ਮੁੰਡਿਆਂ 'ਤੇ ਤਸ਼ੱਦਦ ਕਰੋਗੇ ਤਾਂ ਅਸੀਂ ਤੁਹਾਨੂੰ ਪੰਜਾਬ ਦੀ ਚਾਰ ਦੀਵਾਰੀ 'ਚ ਬੰਦ ਕਰਕੇ ਰੱਖ ਦਿਆਂਗੇ। ਤੁਸੀਂ ਵੇਖਿਆ ਕਿ ਲੰਡਨ ਦੇ ਵਿੱਚ ਬਾਹਰ ਨਹੀਂ ਨਿਕਲ ਸਕਿਆ ਦਿਨਕਰ ਗੁਪਤਾ, ਡੀ ਜੀ ਪੀ ਆਪਣੇ ਆਪ ਨੂੰ ਸਮਝਦਾ। ਇਸੇ ਤਰੀਕੇ ਨਾਲ ਰਜਿੰਦਰ ਸੋਲ ਨੂੰ ਕੈਲੀਫੋਰਨੀਆ ਤੋਂ ਉਸੇ ਦਿਨ ਵਾਪਸ ਮੁੜਨਾ ਪਿਆ। ਐਂਡ ਆਈ ਹੈਵ ਟੋਲਡ ਯੂ ਬਿਫੋਰ, ਦਿਸ ਇਜ਼ ਏ ਲੀਗਲ ਫਾਈਟ, ਦਿਸ ਇਜ਼ ਨਾਟ ਏ ਟੈਰੋਰਿਜ਼ਮ। ਜੇ ਕਿਸੇ ਨੇ ਅੱਤਵਾਦ ਫੈਲਾਇਆ ਉਹ ਤੁਸੀਂ ਫੈਲਾਇਆ 84 ਤੋਂ ਲੈ ਕੇ 98 ਤੱਕ। ਜੇ ਅੱਤਵਾਦ ਫੈਲਾ ਰਹੇ ਹੋ ਤੁਸੀਂ ਅੱਜ ਫੈਲਾ ਰਹੇ ਹੋ ਸਾਡੇ ਮੁੰਡਿਆਂ 'ਤੇ ਤਸ਼ੱਦਦ ਕਰਕੇ, ਉਹਨਾਂ ਪਰਿਵਾਰਾਂ 'ਤੇ ਤਸ਼ੱਦਦ ਕਰਕੇ। ਆਈ ਜਸਟ ਵਾਂਟਿਡ ਟੂ ਲੈਟ ਯੂ ਨੋ ਵਨ ਮੋਰ ਟਾਈਮ, ਇਫ ਯੂ ਆਰ ਗੋਇੰਗ ਟੂ ਟੱਚ ਐਨੀ ਆਫ ਦੀ ਰੈਫਰੈਂਡਮ 2020 ਫੈਮਲੀਜ਼, ਜੇ ਤੁਸੀਂ ਕਿਸੇ ਦੇ ਪਰਿਵਾਰ ਦੇ ਉੱਤੇ ਤਸ਼ੱਦਦ ਕੀਤਾ, ਘਰਾਂ 'ਚ ਛਾਪੇ ਮਾਰੇ, ਤਾਂ ਸਾਡੇ ਕੋਲ ਵੀ ਲਿਸਟ ਹੈਗੀ ਹੈ ਤੁਹਾਡੇ ਪਰਿਵਾਰਾਂ ਦੀ ਅਮਰੀਕਾ, ਕੈਨੇਡਾ ਔਰ ਯੂਰਪ ਦੇ ਵਿੱਚ। ਹਜੇ ਅਸੀਂ ਸਿਰਫ ਤੁਹਾਡੇ ਤੱਕ ਉਂਗਲ ਚੱਕੀ ਹੈ। ਸਾਨੂੰ ਇਹ ਗੱਲ 'ਤੇ ਫੋਰਸ ਨਾ ਕਰੋ ਕਿ ਅਸੀਂ ਤੁਹਾਡੇ ਪਰਿਵਾਰਾਂ ਦੇ ਮੈਂਬਰਾਂ 'ਤੇ ਵੀ ਉਹੀ ਕੇਸ ਚਲਾਈਏ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਪਰਿਵਾਰਾਂ ਵਾਲੇ ਜਿਹੜੇ ਤੁਸੀਂ ਸਾਡੇ ਸਿੱਖਾਂ ਦੇ ਉੱਤੇ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਸੋ ਦਿਸ ਇਜ਼ ਵੈਰੀ ਲਾਊਡ ਐਂਡ ਕਲੀਅਰ, ਰੈਫਰੈਂਡਮ 2020 ਕੰਪੇਨ ਇਜ਼ ਅ ਡੈਮੋਕ੍ਰੈਟਿਕ ਕੰਪੇਨ, ਵੀ ਵਿਲ ਫਾਲੋ ਦਾ ਲਾ ਐਂਡ ਵੀ ਵਾਂਟ ਟੂ ਫਾਲੋ ਦਾ ਲਾ ਐਂਡ ਵੀ ਵਾਂਟ ਯੂ ਟੂ ਅਬਾਈਡ ਬਾਈ ਦਾ ਲਾ। ਇਫ ਦੇਰ ਇਜ਼ ਗੋਇੰਗ ਟੂ ਬੀ ਐਨੀ ਚਾਂਸਿਸ ਫਰੋਮ ਯੂਅਰ ਸਾਈਡ, ਕੰਸੀਕੁਐਂਸਿਸ ਐਵਰੀ ਵਨ ਹੈਜ਼ ਟੂ ਫੇਸ, ਇਨਕਲੂਡਿੰਗ ਯੂ ਡੀ ਜੀ ਪੀ ਗੁਪਤਾ ਐਂਡ ਦੀ ਪੰਜਾਬ ਗਵਰਨਮੈਂਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।